हाँ जी, सत श्री अकाल जी, सारे स्वागत है तुहाडा अपने अज के नवे ब्लॉग दे विच। ते जिदा आप कल गए घूमन वास्ते गए, मौसम कल बहुत सीगा वधिया, ते अज मौसम दे विच बिल्कुल डिफरेंट है, बहुत तब्दीली है मौसम दे विच। ते तुसीं देख सकते हो बाहर बदलवाइज पूरी हुई भी आ, मीह भी दस्सिया वा शायद शाम तक मीह पैण दे भी आसार हैगे। ते आपां जी रोज़ की तरह हरेक ऐतवार की तरह तैयार व्यार होकर ऐतवार दस्तार सजाई दी है, गुरुद्वारा मत्था टेकन वास्ते जावांगे। तो नाले अज अपने वीर शुभदीप सिंह सिद्धू का अज वो पौने साल का भोग भी पैना है, अरदास करांगे परमात्मा उन्होंने आत्मा शांति बख्शे, जस्टिस मिले माँ प्यो वह हक मिले यार, जो जिन्हें किया है वह भुगते। तो बाकी तुम आप मिलाने अज एक होर परसन के नाल, गैस करो कौन है, तो इधर चैक करो। सिमा सिंह जी की हाल चाल ने गाइस? हाँ जी। सो गाइस मिलो मिलो सिमरजीत सिंह, मिलो तो यह तुम अपने आप दसूगा भी की गलबात बनी है। तो नाल मेरे गुरशानवीर सिंह, यह मुंडा रेडी हो गया, तैयार हो गया। सब तो पहला ये तैयार होने लग जाता है, तो सब तो बाद तैयार होकर हटता गाइस। तो बाकी सिमर बारे मैं गलबात दसदा, ये उधर नॉर्थ गया सीगा मुंडे दानी जी लग्या जी, सीधी गल है कहना भी मैनू रोमा के बच्चे रख लो, मैनू कहना अपने तो दूर ना हो दो, तो बाकी तुम जहाँ करो गलबात। होर सिम तू सुना? बहुत वधिया। ਇਹ ਕਹਿੰਦਾ ਰੋਮਾ ਦੀ ਧਰਤੀ ਕਹਿੰਦਾ ਮੈਨੂੰ ਭਾਗ ਹੀ ਛਾ ਗਈ ਜ਼ਿਆਦਾ, ਪਰ ਵੀਰੇ ਇੱਥੇ ਨਾ ਮੈਨੂੰ ਜਾਣ ਦਿਓ, ਮੈਂ ਨਹੀਂ ਉੱਧਰ ਜਾਣਾ ਜਾਣਾ। ਅਤੇ ਆਪਾਂ ਗਾਈਸ ਇਹਨੂੰ ਲਿਆਂਦਾ ਆਪਣੇ ਕੋਲ, ਰਾਤ ਆ ਗਿਆ ਸੀਗਾ। ਅਤੇ ਪਹਿਲਾਂ ਮੈਂ ਸੋਚਿਆ ਸੀਗਾ ਵੀ ਵੀਡੀਓ ਪਰ ਰਾਤ ਹੀ ਸ਼ੂਟ ਕਰਾਂਗੇ, ਪਰ ਮੈਂ ਕਿਹਾ ਵੀ ਨਹੀਂ, ਆਪਾਂ ਸਵੇਰ ਉੱਠ ਕੇ ਸਰਪ੍ਰਾਈਜ਼ ਸਰੂ ਲਈ ਦੇਵਾਂਗੇ ਜੋ ਹੁਣ ਜੋ ਆਪਾਂ ਦਿੱਤਾ ਹੈ। ਅਤੇ ਹੁਣ ਆਪਾਂ ਚੱਲਾਂ ਗੁਰਦੁਆਰਾ ਸਾਹਿਬ ਨੂੰ, ਜਾ ਕੇ ਉੱਥੇ ਨਤਮਸਤਕ ਹੋਵਾਂਗੇ, ਮੱਥਾ ਟੇਕਾਂਗੇ ਰੋਜ਼ ਦੀ ਤਰ੍ਹਾਂ। ਆ ਜਾਓ। ਅਤੇ ਕਹਿੰਦੇ ਇੱਧਰ ਹੀ ਮੇਰੇ ਹਰਮਨ ਸਿੰਘ ਤਿਆਰ ਹੋ ਕੇ ਆ ਗਿਆ। ਐਤਵਾਰ ਨੂੰ ਸਾਡੇ ਟ੍ਰੈਫਿਕ ਘੱਟ ਜਾਂਦੀ ਥੋੜ੍ਹੀ ਰੋਡ ਦੇ ਉੱਪਰ, ਸੁੰਨਸਾਨ ਹੋ ਜਾਂਦੀ ਆ। ਸੋ ਗਾਇਸ ਹੁਣ ਸਿਮਰਜੀਤ ਸਿੰਘ ਆਪਣੇ ਹਿਸਾਬ ਦੇ ਨਾਲ ਗੱਡੀ ਦੀ ਸ਼ੀਟ ਠੀਕ ਕਰਨਗੇ। ਦੱਸ ਦਿਓ ਵੀ ਕਿੰਨੀ ਕੁ ਮਗਰ ਕਰ ਲਾਂ ਸੈੱਟ ਕਰੋ ਅੱਗੇ ਸਦੋਂ? ਨਹੀਂ ਨਹੀਂ ਆ ਇਹਨੂੰ ਚੱਕਣਾ ਹੀ ਨਾ, ਉਹ ਥੱਲੇ ਇਹ ਹੁਣ ਤੂੰ ਥੱਲੇ ਕਰ ਲਈ ਇਦਾਂ, ਨਹੀਂ ਸਹੀ ਹੈ ਜ਼ਿਆਦਾ ਥੱਲੇ ਨਾ ਹੋਵੇ ਤੂੰ, मैं जो नजारे रोमा दे विच लै ले ਇਹ ਜਾ ਕੇ ਦੁਨੀਆ ਦੇ ਕਿਸੇ ਕੋਨੇ ਤੇ ਨਹੀਂ ਮਿਲਣੇ ਹੈਗੇ, ਐਵੇਂ ਥੋੜਾ ਰਾਜਧਾਨੀ ਕਹਿੰਦੇ ਆ। ਸਹੀ ਗੱਲ ਹੈ, ਇਹ ਵੀ ਗੱਲ ਬਸੇ ਕੁਮਾਰ ਰੋਮਾ ਹੀ ਆ। ਕਿੰਨੇ ਦਿਨ ਲੱਗ ਗਏ ਹੋ ਤੁਸੀਂ? ਮੈਂ 5 ਜਾਂ 6 ਦਿਨ ਆ ਗਿਆ ਮੈਨੂੰ ਲੱਗਦਾ। ਹਾਂ 6 ਦਿਨ ਲੱਗ ਗਏ ਉਧਰ, ਇੱਧਰ ਲੱਗ ਗਏ ਸੀ 18 ਦਿਨ, ਹੈ ਨਾ 21 ਦਿਨ। ਹਾਂ ਇੰਨੇ ਕੁ। ਹਾਂ ਪਰਸੋਂ ਨੂੰ ਮੈਨੂੰ ਮਹੀਨਾ ਹੋ ਜਾਣਾ ਹੈ, ਪਰਸੋਂ ਮਹੀਨਾ ਹੋ ਜਾਣਾ ਹੈ। ਸੋ ਗਾਇਸ ਇੱਕ ਮਹੀਨਾ ਹੋ ਜਾਣਾ ਸਿਮੇ ਨੂੰ ਪਰਸੋਂ ਨੂੰ ਆਏ ਨੂੰ ਇੰਡੀਆ ਤੋਂ ਪੂਰਾ, ਤੇ ਜਿਹਦੇ ਵਿੱਚ 20 ਦਿਨ ਆਪਣੇ ਕੋਲ ਪਹਿਲਾਂ ਲੱਗ ਗਿਆ ਸੀ 21 ਦਿਨ, ਤੇ ਫਿਰ ਚਲ ਗਿਆ ਸੀਗਾ ਇਹ ਵਨੇਸ਼ੀਆ ਪਾਣੀ ਦਾ ਸ਼ਹਿਰ ਬਾਪੂ ਜਿਹੜਾ ਕੋਲ, ਨਾਲੇ ਮਿਲਣ ਚਲੇ ਗਿਆ ਸੀਗਾ। ਤੇ ਜਾ ਕੇ ਉੱਥੇ 5-6 ਦਿਨ ਰਿਹਾ ਮੁੰਡਾ, ਦਿਲ ਨਹੀਂ ਲੱਗਿਆ, ਕਹਿੰਦਾ ਵੀ ਰੋਮਾ ਦੇ ਵਿੱਚ ਕਾਫੀ ਜ਼ਿਆਦਾ ਉਹਦੇ ਆਪਣੇ ਮੁੰਡੇ ਵੀ ਕਾਫੀ ਪੰਜਾਬੀ ਆ, ਤੇ ਬਾਕੀ ਉਹਦਾ ਮਾਹੌਲ ਹੀ ਹੋਰ ਹੈ, ਆਪਣੇ ਪੰਜਾਬ ਵਰਗਾ ਮਾਹੌਲ ਹੈ ਇੱਥੇ। ਉਤਰੇ ਹੁਣ ਤੁਹਾਡੇ ਕੋਲ ਹੈਗੇ ਕਿਆ ਚੀਜ਼? ਇਹ ਕੱਢ ਲੈ, ਇਹ ਕੱਢ ਲਾ, ਕੰਮ ਕਰੋ ਘਰੇ ਕੁਝ ਨਹੀਂ ਕਰਨਾ। ਸ਼ਾਨੇ ਪੱਗ ਬੰਨ੍ਹਣੀ ਪੂਰੀ ਕਰ ਲਈ। ਸੋ ਗਾਇਸ ਗੁਰਸ਼ਾਨ ਘਰੋਂ ਪੱਗ ਬੰਨ੍ਹਣ ਲੱਗਿਆ ਹੋਇਆ ਸੀਗਾ, ਤੇ ਐਂਡਲਾ ਲੜ ਮੁੰਡੇ ਨੇ ਹੁਣ ਲਾਇਆ ਗੱਡੀ ਬਹਿ ਕੇ। ਹੈ ਗੁਰਸ਼ਾਨ ਇੱਦਾਂ ਕਹਿੰਦੇ ਕਰਦਾ ਹੁੰਦਾ ਉਰਿਆ ਮੇਰੇ ਕੋਲ, ਮੈਂ ਦੱਸਦਾ ਹੈ ਗਾਇਸ ਘਰੋਂ ਤੁਰ ਲੱਗਿਆ, ਸਾਰੀ ਪੱਗ ਬੰਨ੍ਹ ਕੇ ਤੁਰਿਆ, ਤੇ ਸਿਰ ਛੱਡਤਾ ਢੱਕਣ ਦੇ ਨੇ, ਕਿਉਂਕਿ ਤੇ ਲਾਸਟ ਤੇ ਲੜ ਨਹੀਂ ਲਾਇਆ ਨੇ, ਇੱਥੇ ਕੋਈ ਵੀ ਦੇਖਦਾ ਨਹੀਂ, ਇੱਦਾਂ ਪਿੱਛੇ ਨੂੰ ਚੜੇ ਆਉਨੇ ਆ, ਕਿਸੇ ਦੇ ਉੱਪਰ ਪੱਗ ਵੀ ਹੈਗੀ ਆ। ਲਾਸਟ ਲੜ ਨੇ ਲਾਇਆ, ਹੁਣ ਗੱਡੀ ਗੱਡੀ ਬੰਦ ਕੀਤੀ ਉਦੋਂ ਲਾਇਆ। ਲਾਸਟ ਲੜ ਸਿਰਫ ਲਾਸਟ ਲੜ ਰਹਿਦਾ ਤਾਂ, ਹਾਂ ਆਉਂਦੇ ਆਉਂਦੇ ਆ ਲੜ ਰੁਕ ਗਿਆ ਵੀ, ਖੋਲ ਕੇ ਦੁਬਾਰਾ ਲਾਇਆ। ਹਾਂ ਲਾਸਟ ਲੜ ਲਾਇਆ ਕਾ ਤੋਂ ਰਿਆ ਕੇ, ਫਿਰ ਕਾਰਨ ਕੀ ਉਹਦਾ? ਤੁਹਾਨੂੰ ਦੱਸਿਆ ਨਹੀਂ, ਵਾਹ ਗੁਰੂ ਕੇ ਕੇ ਲਾਉਣਾ, ਵਾਹ ਗੁਰੂ ਕੇ ਕੇ ਲਾਉਣਾ ਪੈਂਦਾ। ਸਹੀ ਗੱਲ ਹੈ, ਸਹੀ ਗੱਲ ਹੈ। ਸੋ ਗਾਇਸ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ, ਗੱਡੀ ਲਾਦੀ ਪਾਰਕ ਆਪਣੇ ਗੁਰੂ ਘਰ ਦੇ ਬਾਹਰ, ਤੇ ਆਪਾਂ ਅੱਜ ਸੰਗਤ ਵੀ ਘੱਟ ਆਈ ਵੀ ਆ, ਤੇ ਸਾਰੀ ਪਾਰਕਿੰਗ ਐਨ ਖਾਲੀ ਪਈ ਆ, ਅੰਦਰ ਵੀ ਸਾਰੀ ਪਾਰਕਿੰਗ ਵਿਹਲੀ ਪਈ ਆ, ਅੱਜ ਪਤਾ ਨਹੀਂ ਕਾਹਦੇ ਲੋਕ ਆਏ ਹੈਗੇ। ਆ ਜਾਓ ਬਈ ਸਿਮਰਜੀਤ ਸਿੰਘ, ਕਿੱਧਰ ਲੱਗਿਆ ਮੁੰਡਾ ਆਪਣਾ? ਉਹ ਬੰਨਣ ਲੱਗਿਆ ਸਿਰ 'ਤੇ ਰੁਮਾਲ,
ਸਤ ਨਾਮ ਵਾਹਿਗੁਰੂ ਚਲਦੇ ਘਰ ਨੂੰ ਤੇ ਘਰ ਜਾ ਕੇ ਆਪਾਂ ਕਰਾਂਗੇ ਆਪਣੀ ਕੰਮ ਕਰ ਸ਼ੁਰੂਆਤ ਤਾਂ ਉਹੀ ਸੇਮ ਤੇ ਉਹ ਚਲੇ ਘਰ ਨੂੰ ਹੁਣ ਚੱਲਦੇ ਆ ਫਿਰ ਤੁਹਾਨੂੰ ਮਿਲਦੇ ਘਰ ਜਾ ਕੇ ਕੱਢ ਫੜ ਕੇ ਪਰਲੇ ਪਾਸੇ ਅਸੀਂ ਨੀ ਦੱਸਦੇ ਇਹ ਜੋ ਕੱਢੋ ਆਟਾ ਮੁੰਡਿਓ ਤੇ ਆਪਾਂ ਪਹੁੰਚ ਗਏ ਆਪਣੇ ਘਰ ਗਾਈਸ ਤੁਸੀਂ ਦੇਖੋ ਇੱਧਰ ਹਾਲ ਜਵਾਕਾਂ ਦੇ ਸਾਡਿਆਂ ਦੇ ਹਾਲ ਤੇ ਹਾਲ ਹੈ ਅਤਰਾ ਕਰ ਤਾਂ ਗਿਆ ਥਲੇ ਇੱਧਰ ਕੋਈ ਚੱਕਰ ਨਹੀਂ ਕਿਤੇ ਇੱਥੇ ਲਾ ਉੱਪਰ ਤੁਸੀਂ ਥੱਲੇ ਪਏ ਹੋ ਤੇ ਪੱਗ ਦਾ ਕੀ ਹਾਲ ਕਰਦੇ ਕਿਨੇ ਕਰਿਓ ਉਹਨੂੰ ਕਹੋ ਸ਼ਾਮ ਪਰ ਬਲੌਗ ਕੰਡਾ ਕਬੱਡੀ 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 ਗਾਇਸ ਧਿਆਨ ਸੇ ਦੇਖੋ ਇੱਧਰ ਮੈਚ ਪੈ ਗਿਆ ਦਾ ਗ੍ਰੇਟ ਖਲੀ ਹਰਮਨ ਮੋਢੇ ਤੇ ਰੱਖ ਕੇ ਥੈਲਾ ਫੁੱਟਬਾਲ ਨਾਲ ਕਰਦਾ ਖੇਲਾਂ ਤੁਸੀਂ ਅੰਦਰ ਆ ਕੇ ਨੀ ਹਟਦੇ ਹੋ ਕਿਆ ਕਰਨ ਲੱਗੇ ਮੁੰਡੇ ਹੋ ਯਾਰ ਗੁਰਸ਼ਾਨ ਨੂੰ ਕੀ ਕਰਾ ਗੁਰਸ਼ਾਨ ਫੜਿਆ ਗੁਰਸ਼ਾਨ ਗੁਰਸ਼ਾਨ ਪੂਰਾ ਕੰਪੀਟੀਸ਼ਨ ਦਿੰਦਾ ਹੈ ਸੋ ਗਾਇਸ ਇੱਧਰ ਚੱਲਦੀ ਇੱਧਰ ਚੱਲਦੀ ਹੋਈ ਫੋਟੋ ਚੱਲਦੀ ਹੈ ਫੋਟੋਗ੍ਰਾਫੀ ਇੱਧਰ ਹੁਣ ਗਾਇਸ ਕੱਲ੍ਹ ਨੂੰ ਇੰਸਟਾਗ੍ਰਾਮ ਦੇ ਉੱਪਰ ਜਿਹੜੀ ਪੋਸਟ ਪਾਊਗਾ ਬਸ ਤੁਸੀਂ ਦੇਖਿਓ ਵੀ ਇਹ ਘਟਾਉਣ ਦੀ ਖਿੱਚੀ ਫੋਟੋ ਇਹਦੀ ਜਿੱਤੇ ਹੋਏ ਤਾਂ ਚਾਹ ਬਣਾ ਲਾਉਂਦਾ ਜੋ ਜਿੱਤੇ ਗਿਆ ਜੋ ਜਿੱਤੇ ਗਿਆ ਉਹ ਸਿਕੰਦਰ ਸਿਕੰਦਰ ਕਿਹੜਾ ਸਿਕੰਦਰ ਹੁੰਦਾ ਹੈ ਸਿਕੰਦਰ ਆਪਣੀ ਪਰ ਜਗ ਰੱਖਦਾ ਹੁੰਦਾ ਹੈ ਖਿਆਲ ਸਿਕੰਦਰ ਰਹੇਗਾ ਕਮਰੇ ਕੇ ਅੰਦਰ ਸਿਕੰਦਰ ਰਹੇਗਾ ਇਸ ਕਮਰੇ ਕੇ ਅੰਦਰ ਸਿਮੇ ਵੀ ਰੁਕੀ ਹੋਈ ਹੈ ਹਾਰ ਇਸ ਲਈ ਉਹ ਜਾਏਗਾ ਬਾਹਰ ਸੋ ਗਾਈ ਯਾਰ ਜਿੱਦਾਂ ਵੀ ਤੁਹਾਨੂੰ ਪਤਾ ਹੀ ਆ ਹੁਣੇ ਜਸਟ ਆਪਾਂ ਗੁਰਦੁਆਰੇ ਤੋਂ ਆਏ ਸੀਗੇ ਅਤੇ ਚੇਂਜ ਆਪਾਂ ਕਰ ਲਿਆ ਅਤੇ ਪਾਪਾ ਵਾਂਟਸ ਸਮ ਗ੍ਰੀਨ ਟੀ ਅਤੇ ਗ੍ਰੀਨ ਟੀ ਆਪਾਂ ਹੁਣ ਬਣਾਉਣ ਲੱਗੇ ਹਾਂ ਸਮਾਨ ਸਾਰਾ ਇੱਥੇ ਹੀ ਪਿਆ ਅਤੇ ਆਪਾਂ ਨੂੰ ਥੋੜ੍ਹਾ ਲੱਭਣਾ ਪੈਣਾ ਕਿਉਂਕਿ ਕਿਸੇ ਨੂੰ ਤੁਹਾਨੂੰ ਪਤਾ ਹੀ ਆ ਆਪਣਾ ਆਉਣ ਜਾਣ ਥੋੜ੍ਹਾ ਜਿਹਾ ਘੱਟ ਆ ਸੋ ਸਟਾਰਟ ਕਰਦੇ ਹਾਂ ਆਪਾਂ ਬਣਾਉਣਾ ਗ੍ਰੀਨ ਟੀ ਸੋ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਗਲਾਸ ਜੋ ਕਿ ਆਪਾਂ ਨੂੰ ਉਹਨੇ ਨਹੀਂ ਦਿਖ ਰਿਹਾ ਕਿਤੇ ਵੀ ਸੋ ਆਪਾਂ ਕੱਚ ਦਾ ਗਲਾਸ ਲੈ ਲੈਂਦੇ ਹਾਂ ਇੱਥੇ ਪਏ ਨੇ ਕੱਚ ਦੇ ਗਲਾਸ ਆ ਪਿਆ ਇਹਨੂੰ ਕਰ ਦਿੰਦੇ ਆਪਾਂ ਬੰਦ ਇਹਦੇ ਵਿੱਚ ਪਵਾਂਗੇ ਇੱਕ ਗਲਾਸ ਪਾਣੀ ਜੋ ਕਿ ਥੋੜ੍ਹਾ ਬਹੁਤ ਘੱਟ ਰੱਖਾਂਗੇ ਬਸ ਇੰਨਾ ਕੁ ਬਹੁਤ ਹੈ ਅਤੇ ਇਹਨੂੰ ਆਪਾਂ ਰੱਖਾਂਗੇ ਉਰੇ ਹੁਣ ਆਪਾਂ ਲਵਾਂਗੇ ਇੱਕ ਪੈਨ ਜੋ ਕਿ ਪਿਆ ਇੱਥੇ ਅਤੇ ਆਹ ਤਾਂ ਬਹੁਤ ਛੋਟਾ ਹੋ ਗਿਆ ਆਪਾਂ ਥੋੜ੍ਹਾ ਜਿਹਾ ਬੜਾ ਲਵਾਂਗੇ ਅਤੇ ਇਹਨੂੰ ਆਪਾਂ ਰੱਖਾਂਗੇ ਇੱਥੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਔਨ ਕਰਕੇ ਅਤੇ ਇਹਨੂੰ ਹਾਈ ਫਲੇਮ 'ਤੇ ਰੱਖ ਦਾਂਗੇ ਸੋ ਗਾਇਸ ਗੈਸ ਆਪਾਂ ਹਾਈ ਫਲੇਮ 'ਤੇ ਰੱਖਤਾ ਇਹਦੇ ਵਿੱਚ ਆਪਾਂ ਪਾਉਂਦੇ ਹਾਂ ਪਾਣੀ ਜੋ ਕਿ ਆਪਾਂ ਪਾਤਾ ਸੋ ਗਾਇਸ ਯਾਰ ਪਾਣੀ ਆਪਣਾ ਕਾਫੀ ਹੱਦ ਤੱਕ ਗਰਮ ਹੋ ਗਿਆ ਅਤੇ ਹੁਣ ਆਪਾਂ ਚੱਕਦੇ ਉੱਪਰ ਤੋਂ ਗ੍ਰੀਨ ਟੀ ਜੋ ਕਿ ਪਈ ਹੁੰਦੀ ਹੈ ਇੱਥੇ ਮੈਂ ਹੁਣੇ ਹੁਣੇ ਦੇਖਿਆ ਮਤਲਬ ਕਿ ਦੇਖਿਆ ਤਾਂ ਕਹਿੰਦਾ ਪੁੱਛ ਕੇ ਆਏ ਹਾਂ
ਤੇ ਪਾਣੀ ਥੋੜ੍ਹਾ ਹੋਰ ਰਿੱਝ ਲੈਣ ਦਿੰਦੇ ਹਾਂ, ਫਿਰ ਇਹਦੇ ਵਿੱਚ ਪਾ ਕੇ ਇਹਨੂੰ ਵਿੱਚ ਡੋਬਾਂਗੇ ਅਤੇ ਦੋ ਲਗਭਗ 2 ਤੋਂ 3 ਮਿੰਟ ਆਪਾਂ ਨੂੰ ਇਹਦੇ ਵਿੱਚ ਡੋਬ ਕੇ ਰੱਖਣੀ ਪੈਣੀ ਹੈ ਤਾਂ ਕਿ ਉਹਦਾ ਜਿਹੜਾ ਰਸ ਉਹ ਇਹਦੇ ਵਿੱਚ ਆ ਜਾਵੇ ਅਤੇ ਫਿਰ ਗ੍ਰੀਨ ਟੀਸ ਰੈਡੀ ਅਤੇ ਆਪਣੀ ਜਿਹੜੀ ਪਾਣੀ ਹੈ ਉਹ ਗਰਮ ਹੋ ਕੇ ਹੋ ਗਿਆ ਰੈਡੀ। ਪੈਨ ਆਪਾਂ ਰੱਖਦਾ ਸ਼ਿਪ ਦੇ ਵਿੱਚ ਅਤੇ ਹੁਣ ਇਹਦੇ ਵਿੱਚ ਆਪਾਂ ਪਾਉਂਦੇ ਹਾਂ ਲੈਮਨ ਟੀ। ਸੋ ਗਾਈ ਯਾਰ ਫਾਈਨਲੀ ਆਪਾਂ ਨੇ ਪਾਣੀ ਦੇ ਵਿੱਚ ਗ੍ਰੀਨ ਟੀ ਨੂੰ ਡੋਬ ਦਿੱਤਾ ਹੈ ਅਤੇ ਹੁਣ ਥੋੜ੍ਹੀ ਦੇਰ ਦੇ ਵਿੱਚ ਇਹਦੇ ਵਿੱਚ ਰਚ ਜੂਗੀ ਅਤੇ ਉਸ ਤੋਂ ਬਾਅਦ ਗ੍ਰੀਨ ਟੀ ਹੋ ਜੂਗੀ ਰੈਡੀ। ਸੋ ਗਾਈ ਯਾਰ ਮੇਰੇ ਗ੍ਰੀਨ ਟੀ ਬਣਾਉਣ ਤੋਂ ਬਾਅਦ ਅਤੇ ਪਾਪਾ ਦੇ ਗ੍ਰੀਨ ਟੀ ਪੀਣ ਤੋਂ ਬਾਅਦ ਪਾਪਾ ਨੇ ਮੈਨੂੰ ਕਿਹਾ ਵਲੋਗ ਐਂਡ ਕਰਨ ਵਾਸਤੇ। ਸੋ ਗਾਈ ਯਾਰ ਜੇ ਤੁਹਾਨੂੰ ਅੱਜ ਦਾ ਵਲੋਗ ਆਪਣਾ ਵਧੀਆ ਲੱਗਿਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਅਤੇ ਜੇ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਤਾਂ 2 ਵਾਰ 3 ਵਾਰ ਸਬਸਕ੍ਰਾਈਬ ਕਰਿਓ ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਬਾਏ ਬਾਏ।